ਅਗਲੇ ਇਨਸਾਨ ਨੂੰ ਨਹੀਂ ਸਹੀ ਲੱਗਾ ਸੀ ਦੂਰ ਹੋ ਗਏ। ਬੀਤੇ ਦਿਨ ਹੀ ਸੁੱਖ ਰਤੀ ਤੇ ਕੀਰਤ ਤੋਂ ਮਾਫੀ ਮੰਗਵਾਈ ਸੀ। ਵਿੱਕੀ ਥੌਮਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਇੱਕ ਵੀਡੀਓ ਸਾਂਝੀ ਕਰੀ ਸੀ ਜਿਹਦੇ ਵਿੱਚ ਸੁੱਖ ਰਤੀ ਤੇ ਕੀਰਤ ਨੇ ਮਾਫੀ ਮੰਗੀ ਸੀ। ਉਸ ਵੀਡੀਓ ਦੇ ਵਿੱਚ ਸੁੱਖ ਰਤੀ ਨੇ ਇਹ ਵੀ ਕਿਹਾ ਸੀਗਾ ਕਿ ਮੈਨੂੰ ਕੀਰਤ ਮੋਟੇ ਬਾਰੇ ਨਹੀਂ ਸੀ ਪਤਾ ਕਿ ਇਹ ਇੱਕ ਨੰਬਰ ਦਾ ਫਰੌਡ ਆ, ਇਸਨੇ ਲੋਕਾਂ ਦੇ ਪੈਸੇ ਖਾਧੇ ਨੇ, ਮੈਨੂੰ ਇਸ ਗੱਲ ਬਾਰੇ ਨਹੀਂ ਸੀ ਪਤਾ। ਜੋ ਗਾਲਾਂ ਕੱਢਣੇ ਨੇ ਉਹ ਕੀਰਤ ਮੋਟੇ ਨੂੰ ਗਾਲਾਂ ਕੱਢੋ, ਮੈਨੂੰ ਨਾ ਕੱਢੋ। ਉਸ ਤੋਂ ਬਾਅਦ ਕੀਰਤ ਨੇ ਸੁੱਖ ਰਤੀ ਨੂੰ ਇੰਸਟਾਗ੍ਰਾਮ ਅਕਾਊਂਟ ਦੇ ਉੱਪਰੋਂ ਅਨਫੋਲੋ ਕਰ ਦਿੱਤਾ ਤੇ ਸੁੱਖ ਰਤੀ ਨੇ ਵੀ ਕੀਰਤ ਨੂੰ ਅਨਫੋਲੋ ਕਰ ਦਿੱਤਾ। ਸੋ ਇਸ ਤੋਂ ਬਾਅਦ ਲੋਕਾਂ ਨੇ ਇਹਨਾਂ ਦੀਆਂ ਪੋਸਟਾਂ ਨੀਚੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਇਹਨਾਂ ਦੋਨਾਂ ਦੀ ਲੜਾਈ ਹੋ ਚੁੱਕੀ ਹੈਗੀ। ਸੋ ਉੱਥੇ ਆਪਾਂ ਨੂੰ ਦੱਸਦੀ ਕਿ ਹੁਣੇ ਹੁਣੇ ਮੋਟਾ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਲਾਈਵ ਆਇਆ ਸੀ ਤੇ ਲਾਈਵ ਆ ਕੇ ਉਸਨੇ ਸੁੱਖ ਰਤੀ ਬਾਰੇ ਕੁਝ ਕੁ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ ਜੋ ਲਾਈਵ ਆਪਾਂ ਤੁਹਾਡੇ ਨਾਲ ਅੱਗੇ ਸਾਂਝਾ ਕਰਾਂਗੇ। ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ, ਇੱਥੇ ਕੌਣ ਸਹੀ ਹੈ, ਇੱਥੇ ਕੌਣ ਗਲਤ ਆ। ਕੀਰਤ ਦਾ ਇਹੀ ਕਹਿਣਾ ਕਿ ਮੇਰਾ ਲੋਕ ਮਾੜੇ ਟਾਈਮ ਦੇ ਵਿੱਚ ਸਾਥ ਛੱਡ ਚੁੱਕੇ ਨੇ। ਬਾਕੀ ਤੁਸੀਂ ਅੱਗੇ ਕਲਿੱਪ ਜ਼ਰੂਰ ਦੇਖਿਓ, ਮਿਲਦੇ ਹਾਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ, ਰੱਬ ਰਾਖਾ। ਮੈਂ ਗਲਤ ਹੋਊਂਗਾ ਮੈਨੂੰ ਦਿਖਾਊਗਾ, ਜੇ ਕੋਈ ਹੋਰ ਹੋਊਗਾ ਉਹਨੂੰ ਦਿਖਾਊਗਾ, ਹਨਾ ਬਈ ਛੱਡਿਆ ਕਿਸੇ ਨੀ ਕਿਸੇ ਨੂੰ ਨਹੀਂ ਆ, ਮੇਰੀ ਅੱਜ ਵੀ ਚੀਜ਼ਾਂ ਸਹੀ ਆ, ਠੀਕ ਆ, ਕੋਈ ਗੱਲ ਵਿਗੜੀ ਨਹੀਂ ਕੁਛ ਨਹੀਂ। ਇੱਕ ਅਗਲੇ ਇਨਸਾਨ ਨੂੰ ਨਹੀਂ ਸਹੀ ਲੱਗਾ ਸੀ ਦੂਰ ਹੋ ਗਏ, ਹਨਾ ਅਤੇ ਯਾਰੀ ਦੋਸਤੀ ਬਣੀ ਰਹਿੰਦੀ ਆ, ਆਪਾਂ ਨੂੰ ਹੋਰ ਇੱਦਾਂ ਦਾ ਕੋਈ ਚੱਕਰ ਨਹੀਂ ਹੈਗਾ ਕਿਸੇ ਨਾਲ ਵਾਧ ਘਾਟ ਵਾਲਾ। ਬਸ ਉਹ ਭੱਜ ਗਿਆ, ਮੇਰੇ ਤਾਂ ਆਪਦੀ ਨਹੀਂ ਮੇਰੇ ਨਾ, ਬਾਕੀਆਂ ਦੀ ਤਾਂ ਮੈਂ ਕੀ ਗੱਲ ਕਰਨੀ, ਕਿਸੇ ਨੇ ਸਪੋਰਟ ਤਾਂ ਕੀਤੀ ਨਹੀਂ, ਜਿਹੜਾ ਮੈਂ ਕਹਿ ਸਕਦਾ ਜਿਨ੍ਹਾਂ ਨੇ ਸਪੋਰਟ ਕੀਤੀ ਆ।